ਲਿਖ ਕੇ ਨੇ, ਹੈ ਨਾ। ਅਸੀਂ ਪੰਜਾਬੀ ਰੋਂਦੇ ਬਹੁਤ ਹਾਂ, ਪਿੱਟਦੇ ਬਹੁਤ ਹਾਂ ਕਿ ਅਸੀਂ ਪੰਜਾਬੀ ਨਹੀਂ ਪੜ੍ਹਦੇ, ਪਰ ਇਹ ਵੀ ਤਰਾਸਦੀ ਹੈ ਕਿ ਅੱਜ ਤੱਕ ਅਸੀਂ ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾ ਸਕੇ। ਇਹ ਵੀ ਮੇਰੇ ਵਾਸਤੇ ਇੱਕ ਚੈਲੰਜ ਸੀਗੇ, ਪੰਜਾਬੀ ਨੂੰ ਆਪਦੀ ਭਾਸ਼ਾ ਨੂੰ ਆਪਾਂ ਰੋਜ਼ਗਾਰ ਦਾ ਕਿੱਤਾ ਬਣਾਉਣਾ। ਸਾਡੇ ਜਿੰਨੇ ਵੱਡੇ ਰਾਈਟਰ ਹੋਏ ਨੇ, ਹੈ ਨਾ, ਉਹ ਗਰੀਬੀ ਨਾਲ ਹੀ ਮਰ ਗਏ। ਤੁਸੀਂ ਲਾ ਲਓ ਲਾਲ ਸਿੰਘ ਦਿਲ ਲੋਕਾਂ ਦੇ ਜੁੱਤੇ ਗੰਢਦੇ ਮਰ ਗਿਆ। ਜਿੰਨਾ ਚਿਰ ਅਸੀਂ ਇੱਥੇ ਰਹਿੰਦੇ ਹਾਂ ਉਹਨਾਂ ਚਿਰ ਅਸੀਂ ਅਣਗੌਲਿਆ ਕਰ ਦਿੰਦੇ, ਕੋਈ ਮਤਲਬ ਨਹੀਂ ਸਾਨੂੰ ਪੰਜਾਬ ਦੇ ਨਾਲ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਸੀਗੇ, ਪਰ ਉਦੋਂ ਜਾ ਕੇ ਉੱਥੇ ਜਾ ਕੇ ਪਤਾ ਲੱਗਦਾ ਵੀ ਪੰਜਾਬ ਯਾਰ ਪੰਜਾਬ ਹੀ ਹੈ, ਪੰਜਾਬ ਦਾ ਕੋਈ ਐਵੇਂ ਨਹੀਂ ਕਿਹਾ ਗਿਆ। ਪਰ ਲੋਕ ਸਭ ਤੋਂ ਵੱਧ ਸਾਥੋਂ ਮੰਗਵਾਉਂਦੇ ਨੇਗੇ ਸਿੱਖ ਇਤਿਹਾਸ। ਇੱਕ ਗੱਲ ਤਾਂ ਹੈਗੀ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਹੜੇ ਪੁਰਾਣੇ ਲੋਕ ਨੇ, ਉਹ ਅੱਜ ਵੀ ਪੜ੍ਹਦੇ ਨੇ ਕਿਤਾਬਾਂ, ਠੀਕ ਹੈ ਜੀ। ਨਵੀਂ ਪੀੜ੍ਹੀ ਨੂੰ ਥੋੜ੍ਹਾ ਜਿਹਾ ਫੋਨ ਨੇ, ਟੈਕਨੋਲੋਜੀ ਨੇ ਇਫੈਕਟ ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਆਏ ਹਾਂ ਜੀ ਪਿੰਡ ਮੂਸਾ। ਮੇਰੇ ਗਵਾਂਢੀ ਪਿੰਡ ਦੇ ਨੌਜਵਾਨ ਨੇ ਕਿਤਾਬ ਹੱਟ ਕੀਤੀ ਹੈ, ਮੂਸੇ ਬਾਈ ਮਨਜਿੰਦਰ ਨੇ, ਜਿਨ੍ਹਾਂ ਦੀਆਂ ਆਪਦੀਆਂ ਵੀ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਜੇ ਗੱਲ ਕਰੀਏ ਅੱਜ ਦੇ ਮੋਬਾਈਲ ਯੁੱਗ ਵਿੱਚ ਕਿਤਾਬਾਂ ਦੇ ਨਾਲ ਲੋਕਾਂ ਨੂੰ ਜੋੜਨਾ, ਬਾਈ ਦੀ ਇੱਕ ਬਹੁਤ ਚੰਗੀ ਸੋਚ ਹੈ। ਅਤੇ ਸ਼ਹਿਰਾਂ ਦੇ ਵਿੱਚ ਆਮ ਤੁਹਾਨੂੰ ਕਿਤਾਬਾਂ ਵਾਲੀਆਂ ਜਿਹੜੀਆਂ ਦੁਕਾਨਾਂ ਮਿਲ ਜਾਂਦੀਆਂ ਨੇ, ਪਰ ਇਹ ਬਾਈ ਨੇ ਪਿੰਡ ਦੇ ਵਿੱਚ ਦੁਕਾਨ ਖੋਲ੍ਹੀ ਆ। ਅਤੇ ਅੱਗੇ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਜੋ ਅੱਜ ਕੱਲ੍ਹ ਲੋਕ ਇੰਟਰਸਟ 'ਚ ਜਾਂ ਪੜ੍ਹਦੇ ਨੇ, ਅਤੇ ਕਿਸ ਤਰ੍ਹਾਂ ਦਾ ਇਤਿਹਾਸ ਜਾਂ ਕਿਹੜੀਆਂ ਕਿਹੜੀਆਂ ਬਾਈ ਕੋਲ ਕਿਤਾਬਾਂ ਰੱਖੀਆਂ ਹੋਈਆਂ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਆਪਣਾ ਨਾਮ ਅਤੇ ਆਪਣੀ ਲੋਕੇਸ਼ਨ। ਮੇਰਾ ਨਾਮ ਜੀ ਮਨਜਿੰਦਰ ਮਾਖਾ, ਮਾਖਾ ਮੇਰਾ ਪਿੰਡ ਹੈ ਅਤੇ ਆਪਾਂ ਖੜ੍ਹੇ ਹਾਂ ਮੂਸੇ ਜੀ। ਮੂਸੇ ਬਾਰੇ ਸਾਰਿਆਂ ਨੂੰ ਪਤਾ ਕਿ ਮੂਸਾ ਅੱਜ ਕੱਲ੍ਹ ਬੜੋ ਆਈਡੀ ਹੈ ਸਿੱਧੂ ਮੂਸੇ ਵਾਲੇ ਕਰਕੇ। ਹਾਂ, ਝੋਟੇ ਕਰਕੇ ਜੀ। ਅਤੇ ਇੱਥੇ ਆਪਾਂ ਕਿਤਾਬ ਹੱਟ ਖੋਲ੍ਹੀ ਹੋਈ ਹੈ ਜੀ। ਕਾਰਨ ਉਹਦਾ ਇਹ ਹੈ ਕਿ ਐਕਚੁਲੀ ਅਸੀਂ ਇੱਥੇ ਇੰਟਰਲੋਕ ਟਾਇਲ ਫੈਕਟਰੀ ਚਲਾਉਂਦੇ ਹਾਂ, ਇੰਟਰਲੋਕ ਟਾਇਲ ਦੀ। ਠੀਕ ਹੈ ਬਾਈ। ਅਤੇ ਉਦੋਂ ਉਹਦੇ ਵਿੱਚ ਸਾਰਾ ਦਿਨ ਮਤਲਬ ਡੀਲਿੰਗ ਘੱਟ ਹੁੰਦੀ ਹੈ, ਹੋ ਸਕਦਾ ਦਿਨ 'ਚ ਦੋ ਬੰਦੇ ਆਉਣ ਜਾਂ ਕੋਈ ਵੀ ਨਾ ਆਵੇ। ਬਿਲਕੁਲ ਬਾਈ। ਤਾਂ ਕਰਕੇ ਇੱਕ ਇਹ ਨਵਾਂ ਆਈਡੀਆ ਸੀਗਾ, ਹੈ ਨਾ, ਕਿਉਂਕਿ ਬਾਹਰਲਿਆਂ ਨੂੰ ਅੱਜ ਕੱਲ੍ਹ ਲੱਗਦਾ ਕਿ ਪੰਜਾਬ 'ਚ ਕੋਈ ਕੰਮ ਨਹੀਂ, ਆਈਡੀਆ 'ਚੋਂ ਆਈਡੀਆ ਨਿਕਲਦਾ, ਇੱਕ ਕਿਤਾਬ ਹੱਟ ਉਸੇ ਦੇ ਵਿੱਚੋਂ ਨਿਕਲਿਆ, ਇੱਕ ਆਈਡੀਆ ਹੈਗਾ ਜੀ ਬਸ। ਠੀਕ ਹੈ ਬਾਈ। ਹਾਂ, ਪਰ ਜੇ ਮੇਨ ਗੱਲ ਦੇਖੀਏ ਬਾਈ, ਮੋਬਾਈਲ ਹੱਟਾਂ ਬਹੁਤ ਦੇਖਣ ਨੂੰ ਮਿਲਦੀਆਂ ਨੇ, ਪਰ ਕਿਤਾਬ ਹੱਟ ਇੱਕ ਬਹੁਤ ਯੂਨੀਕ ਆਈਡੀਆ, ਅਤੇ ਜੋ ਪਹਿਲਾਂ ਤਾਂ ਲੋਕ ਬਹੁਤ ਜੁੜੇ ਹੁੰਦੇ ਕਿਤਾਬਾਂ ਨਾਲ, ਪਰ ਹੁਣ ਬਹੁਤ ਘੱਟ ਜੁੜੇ ਆ। ਅਤੇ ਤੁਹਾਨੂੰ ਕਿਵੇਂ ਲੱਗਦਾ ਵੀ ਲੋਕ ਅੱਜ ਵੀ ਉਸ ਤਰੀਕੇ ਨਾਲ ਕਿਤਾਬਾਂ ਪੜ੍ਹਦੇ ਜਾਂ ਮੋਬਾਈਲਾਂ 'ਚ ਹੀ ਬਿਜ਼ੀ ਹੋ ਗਏ ਲੋਕ? ਦੋਨੇ ਗੱਲਾਂ ਨੇ ਬਾਈ, ਜਿਵੇਂ ਅਸੀਂ ਕਿਤਾਬਾਂ ਦੇ ਵਿੱਚ ਰਹਿੰਦੇ ਹਾਂਗੇ, ਹੈ ਨਾ, ਸਾਰਾ ਦਿਨ। ਅਤੇ ਇੱਕ ਗੱਲ ਤਾਂ ਹੈਗੀ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਹੜੇ ਪੁਰਾਣੇ ਲੋਕ ਨੇ, ਉਹ ਅੱਜ ਵੀ ਪੜ੍ਹਦੇ ਨੇ ਕਿਤਾਬਾਂ, ਠੀਕ ਹੈ ਜੀ। ਨਵੀਂ ਪੀੜ੍ਹੀ ਨੂੰ ਥੋੜ੍ਹਾ ਜਿਹਾ ਫੋਨ ਨੇ, ਟੈਕਨੋਲੋਜੀ ਨੇ ਇਫੈਕਟ ਕੀਤਾ। ਬਿਲਕੁਲ। ਥੋੜ੍ਹਾ ਨਹੀਂ, ਮੈਂ ਕਹਿ ਸਕਦਾ ਬਹੁਤ ਜ਼ਿਆਦਾ ਕੀਤਾ। ਅਤੇ ਇਹ ਵੀ ਹੈ ਕਿ ਉਹ ਬਹੁਤਾ ਟਾਈਮ ਬੈਠ ਨਹੀਂ ਸਕਦੇ, ਕਿਉਂਕਿ ਥੋੜ੍ਹੇ ਟਾਈਮ ਦਾ ਉਹਨਾਂ ਦੇ ਇੰਟਰਸਟ ਨੇ, ਜਿਹੜੇ ਉਹਨਾਂ ਦਾ ਇੰਟਰਟੇਨਮੈਂਟ ਆ ਜਿਹੜਾ, ਉਹ ਥੋੜ੍ਹੇ ਟਾਈਮ ਦਾ, ਉਹ ਲੰਮਾ ਸਮਾਂ ਹੁਣ ਕਿਤਾਬ ਪੜ੍ਹਨੀ ਹੈ ਅਤੇ ਲੰਮਾ ਸਮਾਂ ਸਾਨੂੰ ਬੈਠਣਾ ਪਊਗਾ। ਇਹ ਵੀ ਇੱਕ ਕਾਰਨ ਆ ਕਿ ਮੋਬਾਈਲ ਨੇ ਉਹਨਾਂ ਨੂੰ ਬਹੁਤ ਇਫੈਕਟ ਕੀਤਾ। ਪਰ ਇੱਕ ਮੈਂ ਪਿਛਲੇ 5-6 ਸਾਲਾਂ ਦੇ ਵਿੱਚ ਇੱਕ ਨਵੀਂ ਚੀਜ਼ ਜੀ ਵੇਖੀ ਹੈ ਜੀ, ਕਿ 2015 ਤੋਂ ਬਾਅਦ ਦੇ ਵਿੱਚ ਹਾਂਜੀ, ਕਿ ਲੋਕ ਕਿਤਾਬਾਂ ਖਰੀਦਣ ਬਹੁਤ ਲੱਗ ਗਏ। ਠੀਕ ਹੈ ਜੀ। ਇਹ ਨਹੀਂ ਪਤਾ ਕਿ ਉਹ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ, ਕਿਉਂਕਿ ਸਭ ਨੂੰ ਲੱਗਦਾ ਕਿ ਜਦੋਂ ਸਾਡੇ ਘਰ ਡਰਾਇੰਗ ਰੂਮ ਦੇ ਵਿੱਚ ਸਾਡੇ ਆਇਆ ਗਿਆ ਆਵੇ, ਸਾਡੇ ਦੋਸਤ ਆਉਣ, ਹੈ ਤਾਂ ਉਹਨਾਂ ਨੂੰ ਲੱਗੇ ਕਿ ਇਹ ਪਰਿਵਾਰ ਆ ਜਿਹੜਾ ਇਹ ਸਮਝਦਾਰ ਹੈ, ਕਿਉਂਕਿ ਹਾਂ ਜ਼ਿਆਦਾ ਪੜ੍ਹਿਆ ਲਿਖਿਆ, ਕਿਉਂਕਿ ਇਹਨਾਂ ਦੇ ਘਰੇ ਡਰਾਇੰਗ ਰੂਮ ਦੇ ਵਿੱਚ ਕਿਤਾਬਾਂ ਰੱਖੀਆਂ ਹੋਈਆਂ ਨੇ। ਇਹ ਵੀ ਇੱਕ ਕਾਰਨ ਹੈਗਾ ਕਿ ਕਿਤਾਬ ਬਹੁਤ ਖਰੀਦੀ ਜਾ ਰਹੀ ਹੈ। ਜਿਵੇਂ ਮੂਵੀ 'ਚ ਆਪਾਂ ਦੇਖਦੇ ਹੁੰਦੇ ਨਾ ਵੀ ਜੇ ਵਕੀਲ ਦੀ ਭੂਮਿਕਾ ਆ ਜਾਂਦੀ ਆ, ਉਹਦੇ ਮਗਰ ਸਾਰੇ ਵਕੀਲ ਵਾਲੀਆਂ ਬੁੱਕਸ ਪਈਆਂ ਹੁੰਦੀਆਂ ਨੇ। ਬਿਲਕੁਲ। ਤੇ ਮੈਂ ਹੁਣ ਕੋਠੀਆਂ ਦੀ ਵੀਡੀਓ ਕਰਦਾ ਬਈ, ਪਿੰਡਾਂ 'ਚ ਜਦੋਂ ਜਾਂਦਾ ਜਾਂ ਤਾਂ ਮੈਨੂੰ ਵੀ ਇਹ ਚੀਜ਼ ਦੇਖਣ ਨੂੰ ਮਿਲਦੀ ਆ, ਪਰ ਕਿਤੇ ਕਿਤੇ ਜੈਨੂਨ ਵੀ ਮਿਲਦੀ ਆ ਵੀ ਲਾਇਬ੍ਰੇਰੀ ਬੰਦੇ ਨੇ ਘਰ ਦੇ ਵਿੱਚ ਬਣਾਈ ਹੁੰਦੀ ਆ, ਉਹ ਜ਼ਿਆਦਾਤਰ ਵੀ 15-20 ਕਿਤਾਬਾਂ ਜ਼ਰੂਰ ਇੱਕ ਕਿਸੇ ਖਾਨੇ 'ਚ ਰੱਖੀਆਂ ਜ਼ਰੂਰ ਹੁੰਦੀਆਂ ਨੇ।
ਹਾਂ ਇਹ ਹੁਣ ਇਹ ਵੀ ਨਾ ਰੀਲਾਂ 'ਤੇ, ਮਤਲਬ ਕਿ ਤੁਹਾਨੂੰ ਤਾਂ ਪਤਾ ਵੀ ਪ੍ਰਮੋਸ਼ਨ ਆ ਜਿਹੜਾ ਹਰ ਇੱਕ ਚੀਜ਼ ਦਾ ਉਹ ਰੀਲਾਂ 'ਤੇ ਚੱਲਦਾ ਹੈ ਨਾ, ਬਿਲਕੁਲ ਉਹਦੇ ਵਿੱਚੋਂ ਜਦੋਂ ਕੋਈ ਚੀਜ਼ ਹੈ, ਕਿਉਂਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਵੇਂ ਦੀ ਉਮਰ ਹਨ, ਕੋਈ ਚੀਜ਼ ਉਹਨਾਂ ਦੇ ਨਾਲ ਰਿਲੇਟ ਕਰ ਜਾਂਦੀ ਹੈ, ਫਿਰ ਉਹਨਾਂ ਨੂੰ ਹੁੰਦਾ ਵੀ ਇਹ ਪੜ੍ਹੀਏ, ਹੈ ਨਾ। ਇਹ ਵੀ ਇੱਕ ਵਧੀਆ ਚੀਜ਼ ਹੈ, ਸੋਸ਼ਲ ਮੀਡੀਆ ਦੇ ਇਕੱਲੇ ਔਗਣ ਨਹੀਂ ਹੈਗੇ, ਕੁਛ ਗੁਣ ਵੀ ਹੈਗੇ ਨੇ ਕਿ ਇਹਨੇ ਕਿਤਾਬਾਂ ਦੇ ਪ੍ਰਚਾਰ ਦੇ ਵਿੱਚ ਸੋਸ਼ਲ ਮੀਡੀਆ ਨੇ ਯੋਗਦਾਨ ਵੀ ਬਹੁਤ ਵੱਡਾ ਪਾਏਗਾ। ਸਾਡਾ ਸਾਰਾ ਕੰਮ ਹੀ ਸੋਸ਼ਲ ਮੀਡੀਆ 'ਤੇ ਹੀ ਹੈਗਾ ਬਈ, ਕਿਤਾਬਾਂ ਦਾ। ਬਈ ਮਨਜਿੰਦਰ ਜੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਨਾ ਇੱਕ ਤਾਂ ਤੁਹਾਡਾ ਐਕਸਪੀਰੀਅੰਸ, ਕਿਉਂਕਿ ਜਦੋਂ ਵੀ ਆਪਾਂ ਕਿਸੇ ਵਿਅਕਤੀਵਾਦ ਦੀ ਗੱਲ ਕਰਦੇ ਹਾਂ ਤਾਂ ਉਹਨੇ ਕੀ ਕੀਤਾ ਹੁੰਦਾ ਗਾ, ਤਾਂ ਆਪਾਂ ਜਿਵੇਂ ਹੁਣ ਕਿਤਾਬਾਂ ਦੇ ਚਲੋ ਇੱਕ ਸ਼ੌਪ ਕਰੀ ਹੈ, ਉਹਦੇ ਨਾਲ ਤੁਹਾਡੀਆਂ ਵੀ ਕੋਈ ਕਿਤਾਬਾਂ ਆਈਆਂ ਬਈ? ਹਾਂ ਬਈ, ਮੈਂ ਦੋ ਕਿਤਾਬਾਂ ਲਿਖੀਆਂ ਨੇ ਜੀ, ਇੱਕ ਤਾਂ ਨਾਵਲ ਲਿਖਿਆ ਬਲੱਡ ਲਾਈਨ ਜੀ ਬਾਈ, ਅਤੇ ਇੱਕ ਕਵਿਤਾ ਦੀ ਕਿਤਾਬ ਹੈ ਬਈ। ਕਾਹਦੇ ਆਧਾਰਿਤ ਨੇ ਮਤਲਬ? ਇਹ ਤਾਂ ਹੈਗੀ ਹੈਗੀ ਇੱਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈਗੀ ਬਾਈ, ਠੀਕ ਹੈ ਜੀ। ਇਹਦਾ 10ਵਾਂ ਐਡੀਸ਼ਨ ਮਤਲਬ ਕਿ 10 ਵਾਰੀ ਇਹ ਛਪ ਚੁੱਕੀ ਹੈਗੀ, ਠੀਕ ਹੈ ਬਾਈ ਜੀ। ਅਤੇ ਇਹਦਾ ਹੁਣ ਮਤਲਬ ਕਿ ਆ ਪਟਿਆਲਾ ਬੁੱਕ ਫੇਅਰ ਹੈਗਾ 30 ਤਰੀਕ ਤੋਂ, ਠੀਕ ਹੈ ਜੀ, ਯੂਨੀਵਰਸਿਟੀ ਦੇ ਵਿੱਚ, ਉੱਥੇ ਦੂਜੀ ਵਾਰੀ ਇਹ ਕਿਤਾਬ ਛਪੂਗੀ। ਇਹ ਬਾਈ ਕਾਹਤੇ ਆ ਤਾਜੀ? ਇਹ ਕਵਿਤਾਵਾਂ ਨੇਗੀਆਂ ਬਾਈ, ਇਹ 'ਚ ਕਵਿਤਾਵਾਂ। ਹਾਂ, ਜਿਵੇਂ ਇਹ ਕਿਤਾਬਾਂ 'ਤੇ ਇੱਕ ਕਵਿਤਾ ਲਿਖੀ ਸੀ ਕਿ ਜ਼ਿੰਦਗੀ ਬਦਲ ਸਕਦੀ ਹੈ, ਤੁਰਨਾ ਪੈਂਦਾ ਹਨੇਰਿਆਂ ਤੋਂ ਚਾਨਣ ਵੱਲ, ਮਸ਼ੀਨਾਂ ਤੋਂ ਕੁਦਰਤ ਵੱਲ, ਫੁਰਸਤ ਵਿੱਚ ਕਿਤਾਬਾਂ ਵੱਲ, ਜ਼ਿੰਦਗੀ ਬਦਲ ਸਕਦੀ ਹੈ ਜੀ। ਮੇਨ ਗੱਲ ਇਹ ਨਹੀਂ ਹੈਗਾ ਵੀ ਆਪਾਂ ਕਮਰਸ਼ੀਅਲ ਨਹੀਂ ਕੀਤਾ, ਆਪਾਂ ਨੂੰ ਸ਼ੌਂਕ ਵੀ ਹੈ ਦਿਲੋਂ ਅਤੇ ਆਪਾਂ ਉਹਦੇ ਨਾਲ ਜੁੜੇ ਹੋਏ ਹਾਂ ਚੀਜ਼ ਨਾਲ। ਹਾਂ, ਇਹਦੇ ਵਿੱਚ ਇਹ ਸੀ ਕਿ ਅਸੀਂ ਸਕੂਲ ਚਲਾਉਂਦੇ ਹਾਂ ਬਈ, ਪਿੰਡ ਮਾਖੇ KS ਗਿੱਲ ਸਕੂਲ ਜੀ, ਅਤੇ ਮੈਨੂੰ ਪੜ੍ਹਨ ਲਿਖਣ ਦਾ ਸੀਗਾ ਸ਼ੌਂਕ, ਅਤੇ ਮੈਂ ਆਪਦੀ ਪਰਸਨਲ ਲਾਇਬ੍ਰੇਰੀ ਤਾਂ ਬਣਾਉਣੀ ਸੀ ਕਿਉਂਕਿ ਮੈਂ ਲਿਖਦਾ ਵੀ ਸੀ ਅਤੇ ਪੜ੍ਹਦਾ ਵੀ ਸੀਗਾ। ਉਹਦੇ ਵਿੱਚ ਫਿਰ ਮੈਨੂੰ ਇਹ ਵੀ ਸੀਗਾ ਕਿ ਕਿਉਂਕਿ ਅੱਜ ਤੱਕ ਅਸੀਂ ਪੰਜਾਬੀ ਨੂੰ ਜਿੰਨੇ ਲੇਖਕ ਨੇ, ਹੈ ਨਾ, ਅਸੀਂ ਪੰਜਾਬੀ ਰੋਂਦੇ ਬਹੁਤ ਹਾਂ, ਪਿੱਟਦੇ ਬਹੁਤ ਹਾਂ ਕਿ ਅਸੀਂ ਪੰਜਾਬੀ ਨਹੀਂ ਪੜ੍ਹਦੇ, ਪਰ ਇਹ ਵੀ ਤਰਾਸਦੀ ਹੈ ਕਿ ਅੱਜ ਤੱਕ ਅਸੀਂ ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾ ਸਕੇ। ਬਿਲਕੁਲ, ਸਾਡੇ ਜਿੰਨੇ ਵੱਡੇ ਰਾਈਟਰ ਹੋਏ ਨੇ, ਹੈ ਨਾ, ਉਹ ਗਰੀਬੀ ਨਾਲ ਹੀ ਮਰ ਗਏ। ਤੁਸੀਂ ਲਾ ਲਓ ਲਾਲ ਸਿੰਘ ਦਿਲ ਲੋਕਾਂ ਦੇ ਜੁੱਤੇ ਗੰਢਦੇ ਮਰ ਗਿਆ, ਪਰ ਉਹਨੂੰ ਕਿਤੇ ਉਹਦਾ ਰਿਵਾਰਡ ਨਹੀਂ ਮਿਲਿਆ, ਉਹਨੂੰ ਬਣਦਾ ਸਨਮਾਨ ਨਹੀਂ ਮਿਲਿਆ, ਵੀ ਕਦੇ ਉਹਨੂੰ ਕੋਈ ਇਹੋ ਜਿਹੇ ਭੱਤੇ ਮਿਲੇ ਹੋਣ, ਜਾਂ ਉਹਨੂੰ ਮਤਲਬ ਕਿ ਅਵਾਰਡ ਦੇ ਵਿੱਚ ਕੋਈ ਰਾਸ਼ੀ ਮਿਲੀ ਹੋਵੇ ਜਿਹਦੇ ਨਾਲ ਆਪਦਾ ਉਹ ਰੁਜ਼ਗਾਰ ਚਲਾ ਸਕਦਾ, ਆਪਦਾ ਘਰ ਚਲਾ ਸਕਦਾ ਹੋਵੇ। ਇਹ ਵੀ ਮੇਰੇ ਵਾਸਤੇ ਇੱਕ ਚੈਲੰਜ ਸੀਗੇ, ਪੰਜਾਬੀ ਨੂੰ ਆਪਦੀ ਭਾਸ਼ਾ ਨੂੰ ਆਪਾਂ ਰੋਜ਼ਗਾਰ ਦਾ ਕਿੱਤਾ ਬਣਾਉਣਾ, ਇਹਦੇ ਵਿੱਚ ਮਤਲਬ ਕਿ ਇਹ ਕਨਸੈਪਟ ਤਾਂ ਵੀ ਮੇਰੇ ਵਾਸਤੇ ਜ਼ਰੂਰੀ ਸੀ ਇਹ ਕਰਨਾ ਜੀ। ਜੀ ਹਾਂਜੀ, ਅਤੇ ਬਾਈ ਜੀ ਹੁਣ ਗੱਲ ਕਰੀਏ, ਜਿਵੇਂ ਤੁਸੀਂ ਦੱਸਦੇ ਵੀ ਬਾਹਰਲੇ ਬਹੁਤ ਮਤਲਬ ਵੀ ਇੰਟਰਸਟ ਰੱਖਦੇ ਨੇ ਕਿਤਾਬਾਂ ਨੂੰ ਖਰੀਦਦੇ ਵੀ ਨੇ, ਮੈਂ ਉਹਦੇ ਪੈਕੇਜ ਵੀ ਦੇਖੇ ਨੇ ਜਿੰਨੇ ਪਏ ਆ, ਤੁਸੀਂ ਕਹਿੰਦੇ ਜ਼ਿਆਦਾਤਰ ਬਾਹਰ ਲਿਆਉਂਦੇ ਨੇ, ਅਤੇ ਵੀ ਪੰਜਾਬ ਵਾਲੇ ਲੋਕ ਹੈ ਜਿਹਾ ਜਿਵੇਂ ਇੱਥੇ ਬਾਈ ਮੂਸੇ ਕਰਕੇ ਆਉਂਦੇ ਨੇ, ਤਾਂ ਇੱਥੋਂ ਵੀ ਕੋਈ ਖਰੀਦਦੇ ਹੋਣਗੇ ਜਾਂ ਔਨਲਾਈਨ ਖਰੀਦਦੇ ਨੇ, ਅਤੇ ਕਿਹੜੀ ਜਿਹੜੀ ਕਿਤਾਬ ਹੈ ਜਿਹਨੂੰ ਜ਼ਿਆਦਾ ਮਤਲਬ ਤਰਜੀਹ ਦਿੱਤੀ ਜਾਂਦੀ ਹੈ ਜਾਂ ਲੋਕ ਖਰੀਦ ਰਹੇ ਨੇ ਅੱਜ ਦੇ ਟਾਈਮ? ਅੱਜ ਦੇ ਟਾਈਮ ਦੇ ਵਿੱਚ ਬਾਹਰ ਕਿਤਾਬ ਜ਼ਿਆਦਾ ਜਾਂਦੀ ਹੈ, ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਆਪਦੀ ਧਰਤੀ ਦੇ ਨਾਲੋਂ ਆਪਦੇ ਖਿੱਤੇ ਦੇ ਨਾਲੋਂ ਟੁੱਟ ਜਾਂਦੇ ਹਾਂ ਜੀ, ਅਤੇ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਚੀਜ਼ ਦੀ ਪੰਜਾਬ ਦੀ ਵੈਲਿਊ ਕੀ ਹੈ, ਪੰਜਾਬ ਦੀ ਇੰਪੋਰਟੈਂਸ ਕੀ ਹੈ, ਫਿਰ ਜੜ੍ਹਾਂ ਯਾਦ ਆਉਂਦੀਆਂ। ਜਦੋਂ 6 ਰੁੱਤਾਂ ਉੱਥੇ ਸਾਰਾ ਸਾਲ, ਜਦੋਂ ਸਰਦੀ ਪਈ ਜਾਂਦੀ ਹੈ ਜਾਂ ਸਾਰਾ ਸਾਲ ਗਰਮੀ ਪਈ ਜਾਂਦੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਗਰਮੀ ਪਈ ਜਾਂਦੀ ਹੈ, ਕੈਨੇਡਾ ਦੇ ਵਿੱਚ ਬਰਫ਼ ਪਈ ਜਾਂਦੀ ਹੈ ਜਾਂ ਠੰਡੀ ਪਈ ਜਾਂਦੀ ਹੈ, ਉੱਥੇ ਜਾ ਕੇ ਪਤਾ ਲੱਗਦਾ ਵੀ ਪੰਜਾਬ ਕੀ ਚੀਜ਼ ਹੈ ਦਰਅਸਲ, ਹੈ ਨਾ। ਫਿਰ ਜਦੋਂ ਆਪਦੇ ਖਿੱਤੇ ਨਾਲ ਟੁੱਟ ਜਾਂਦਾ ਬੰਦਾ, ਫਿਰ ਖਿੱਚ ਪੈਦਾ ਹੁੰਦੀ ਹੈ, ਖਿੱਚ ਦੇ ਵਿੱਚ ਕਿਤੇ ਨਾ ਕਿਤੇ ਇਹ ਹੁੰਦਾ ਵੀ ਯਾਰ ਪੰਜਾਬ ਬਾਰੇ ਜਾਣੀਏ, ਹੈ ਨਾ, ਫਿਰ ਉਹ ਆਪਦੇ ਧਰਮ ਦੇ ਪ੍ਰਤੀ ਖਿੱਚ ਪੈਦਾ ਹੁੰਦੀ ਹੈਗੀ, ਫਿਰ ਉਹ ਪੜ੍ਹਨਾ ਚਾਹੁੰਦੇ ਨੇ ਆਪਦੇ ਇਤਿਹਾਸ ਵੱਲ ਝਾਤ ਮਾਰਦੇ ਆ ਕਿ ਸਾਡਾ ਹੀ ਵਿਰਾਸਤ, ਸਾਡਾ ਇਤਿਹਾਸ, ਸਾਡਾ ਧਰਮ, ਸਾਡਾ ਪੰਜਾਬ ਮਤਲਬ ਕਿ ਦੁਨੀਆ ਤੋਂ ਵਿਲੱਖਣ ਚੀਜ਼ ਹੈਗੀ। ਬਿਲਕੁਲ, ਫਿਰ ਉਹਦੇ ਬਾਰੇ, ਕਿਉਂਕਿ ਇੱਥੇ ਜਿੰਨਾ ਚਿਰ ਅਸੀਂ ਇੱਥੇ ਰਹਿੰਦੇ ਹਾਂ ਉਹਨਾਂ ਚਿਰ ਅਸੀਂ ਅਣਗੌਲਿਆ ਕਰ ਦੇਣਾ, ਕੋਈ ਮਤਲਬ ਨਹੀਂ ਸਾਨੂੰ ਪੰਜਾਬ ਦੇ ਨਾਲ ਕੀ ਹੋਈ ਜਾਂਦਾ, ਪੰਜਾਬ ਦੇ ਵਿੱਚ ਸਾਨੂੰ ਆਪਦਾ ਹੀ ਮਤਲਬ ਨੇ, ਹੈ ਨਾ, ਸਾਡੇ ਨਿੱਜੀ ਹਿੱਤ ਨੇਗੇ, ਪਰ ਉਦੋਂ ਜਾ ਕੇ ਉੱਥੇ ਜਾ ਕੇ ਪਤਾ ਲੱਗਦਾ ਵੀ ਪੰਜਾਬ ਯਾਰ ਪੰਜਾਬ ਹੀ ਹੈ, ਪੰਜਾਬ ਦਾ ਕੋਈ ਐਵੇਂ ਨਹੀਂ ਕਿਹਾ ਗਿਆ। ਫਿਰ ਲੋਕ ਸਭ ਤੋਂ ਵੱਧ ਸਾਥੋਂ ਮੰਗਵਾਉਂਦੇ ਨੇਗੇ ਸਿੱਖ ਇਤਿਹਾਸ, ਠੀਕ ਹੈ ਬਾਈ, ਹੈ ਨਾ, ਉਹਨਾਂ ਨੂੰ ਪਤਾ ਲੱਗਦਾ ਕਿ
ਸਿੱਖ ਇਤਿਹਾਸ ਦੀ ਇੰਪੋਰਟੈਂਸ ਕੀ ਹੈ, ਜਿਵੇਂ ਇਹ ਕਿਤਾਬ ਹੈ ਹਰੀ ਖਾਲਸਾ ਰਾਜ ਦਾ ਚੈਂਪੀਅਨ ਹਰੀ ਸਿੰਘ ਨਲਵਾ ਜੀ, ਇਹ ਬਨੀਤ ਨਲਵਾ ਨੇ ਲਿਖੀ ਹੈ ਬਈ ਕਿਤਾਬ। ਠੀਕ ਹੈ ਜੀ। ਬਨੀਤ ਨਲਵਾ ਹਰੀ ਸਿੰਘ ਨਲਵਾ ਦੀ ਕੁੱਲ ਦੇ ਵਿੱਚੋਂ ਸੀਗੀ। ਠੀਕ ਹੈ ਜੀ। ਉਹਨਾਂ ਦੇ ਗਾਹਾਂ ਦੀ ਗਾਹਾਂ ਉਹਨਾਂ ਨੇ ਪੂਰੀ ਰਿਸਰਚ ਕਰਕੇ ਇਹ ਕਿਤਾਬ ਲਿਖੀ ਹੈ, ਹੈ ਨਾ। ਇਹ ਕਿਤਾਬ ਬਹੁਤ ਚੱਲਦੀ ਹੈ, ਖੁਸ਼ਵੰਤ ਸਿੰਘ ਦਾ ਸਿੱਖ ਇਤਿਹਾਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਿੱਖ ਇਤਿਹਾਸ ਜੀ, ਹੈ ਨਾ। ਠੀਕ ਹੈ ਜੀ। ਉਹ ਦੋ ਕਿਤਾਬਾਂ ਅੱਜ ਦੇ ਟਾਈਮ 'ਚ ਜਗਦੀਪ ਦੀਆਂ, ਹੰਨੇ ਹੰਨੇ ਪਾਤਸ਼ਾਹ ਅਤੇ ਵੇਲਿਓ ਨਿਕਲਦੀ ਸ਼ੇਰ, ਉਹ ਕਿਤਾਬਾਂ ਬਹੁਤ ਚੱਲਦੀਆਂ ਨੇ। ਇਹ ਬਹੁਤ ਮਤਲਬ ਬਾਹਰ ਮੰਗ ਦੇ ਵਿੱਚ ਨੇਗੀਆਂ। ਠੀਕ ਹੈ ਜੀ। ਇਹ ਜਿਵੇਂ ਇਹ ਕਿਤਾਬ ਹੋ ਗਈ ਪੰਜਾਬ, ਹਾਂਜੀ ਬਾਈ, ਲਹੂ ਲਹਾਣ ਅਤੇ ਵੱਢਿਆ ਟੁੱਕਿਆ ਪੰਜਾਬ, ਮਤਲਬ ਪੰਜਾਬ ਦੇ ਨਾਲ ਕੀ ਵਾਪਰਿਆ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਨੇਗੀਆਂ ਜੀ। ਇਹ ਜ਼ਿਆਦਾ ਸਿੱਖ ਹਿਸਟਰੀ ਅਤੇ ਪੰਜਾਬ ਦੀ ਹਿਸਟਰੀ ਲੋਕ ਬਹੁਤ ਪੜ੍ਹਦੇ ਆ। ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਇਹ ਕਿਤਾਬ ਤੁਹਾਨੂੰ ਕੱਢ ਕੇ ਦਿਖਾਉਣਾ, ਸੁਖਪਾਲ ਖਹਿਰਾ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਨਾ, ਅਤੇ ਉਹਨੇ ਕਿਤਾਬ ਦਾ ਜ਼ਿਕਰ ਕੀਤਾ ਕਿ ਮੈਂ ਜੇਲ੍ਹ ਦੇ ਵਿੱਚ ਇਹ ਕਿਤਾਬ ਪੜ੍ਹੀ, ਅਮਨਦੀਪ ਸਿੰਘ ਸੰਧੂ ਦੀ। ਠੀਕ ਹੈ ਬਾਈ ਜੀ। ਵੀ ਮੈਨੂੰ ਫਿਰ ਪਤਾ ਲੱਗਿਆ ਵੀ ਪੰਜਾਬ ਦੇ ਨਾਲ ਕੀ ਹੋਇਆ, ਕਿੰਨਾ ਕੁਛ ਮਤਲਬ ਪੰਜਾਬ ਨੇ ਝੱਲਿਆ ਜੀ। ਜੀ, ਮੇਨ ਗੱਲ ਇੱਕ ਬਾਈ ਇੱਥੇ ਬਹੁਤ ਵੱਡੀ ਗੱਲ ਹੈ, ਮੇਰੇ 'ਤੇ ਵੀ ਢੁੱਕਦੀ ਆ ਉਹ। ਹਾਂਜੀ। ਮੈਂ ਟੈਟੂ ਛਪਾਇਆ ਹੋਇਆ ਹੈਗਾ। ਹਾਂਜੀ। ਮਤਲਬ ਤੁਹਾਡੀਆਂ ਕਿਤਾਬਾਂ 'ਚ ਜੇ ਕਹਿ ਦਈਏ ਆਹ ਟੈਟੂ ਛਪਿਆ ਹੋਇਆ ਜੀ, ਅਤੇ ਆਪਣਾ ਪੁਰਾਣਾ ਪੰਜਾਬ ਆ। ਹਾਂਜੀ। ਅਤੇ ਅੱਜ ਦਾ ਪੰਜਾਬ, ਯੂਨਾਈਟਿਡ ਪੰਜਾਬ ਜੀ, ਅਤੇ ਇੱਕ ਹਰੀ ਸਿੰਘ ਨਲੂਆ ਜੀ ਦਾ। ਅੱਛਾ ਜੀ। ਅਤੇ ਪਰ ਓਨੀ ਹਿਸਟਰੀ ਮੈਨੂੰ ਨਹੀਂ ਸ਼ਾਇਦ ਪਤਾ ਹੈਗੀ ਜਿੰਨਾ ਟਾਈਟਲ ਨੂੰ ਲੈ ਕੇ। ਚਲੋ ਆਪਾਂ ਧਰਮ ਪ੍ਰਤੀ ਜਿਵੇਂ ਆਪਾਂ ਵਫ਼ਾਦਾਰ ਹੁੰਦੇ ਹਾਂ ਉਵੇਂ ਬਣਵਾਇਆ, ਪਰ ਓਨੀ ਹਿਸਟਰੀ ਨਹੀਂ ਪਤਾ ਜਿਹੜੀ ਤੁਹਾਡੇ ਕੋਲ ਆ ਕੇ ਪਤਾ ਲੱਗਣੀ ਹੈ। ਕਿਤਾਬ ਪੜ੍ਹਨਾ ਅੱਜ ਦੇ ਟਾਈਮ ਦੇ ਵਿੱਚ ਤਾਂ ਵੀ ਜ਼ਰੂਰੀ ਹੈ ਕਿਉਂਕਿ ਅੱਜ AI ਦਾ ਯੁੱਗ ਹੈ, ਹੈ ਨਾ। ਵੋਇਸ ਸੇਮ ਲੱਗ ਜਾਂਦੀ ਹੈ, ਬਿਲਕੁਲ। ਕੋਈ ਵੀ ਕਿਸੇ ਨੂੰ ਵੀ ਕਿਹੋ ਜਿਹਾ ਹੀ ਬਿਆਨ ਮਤਲਬ ਕਿ ਉਹਦੀ ਭਾਸ਼ਾ 'ਚ ਦੇ ਸਕਦਾ, ਅਤੇ ਅਸੀਂ ਨਾਲ ਦੀ ਨਾਲ ਵਾਇਰਲ ਕਰ ਦਿੰਦੇ ਹਾਂ ਗੱਲ ਨੂੰ, ਬਿਲਕੁਲ, ਵੀ ਫਲਾਨੇ ਬੰਦੇ ਨੇ ਇਹ ਗੱਲ ਕਹਿਤੀ। ਉਹ ਹੈਗੀ ਹੈ ਮਿਸ ਇਨਫੋਰਮੇਸ਼ਨ। ਅੱਜ ਤੁਹਾਨੂੰ ਪਤਾ ਕਿ ਫੇਸਬੁੱਕ ਅਤੇ ਯੂਟਿਊਬ 'ਤੇ ਮਿਸ ਇਨਫੋਰਮੇਸ਼ਨ ਦਾ ਵੀ ਦੌਰ ਹੈ, ਬਿਲਕੁਲ, ਹੈ ਨਾ। ਯੂਟਿਊਬ 'ਤੇ ਤਾਂ ਜਿਹੜੇ ਹੈਗੇ ਨੇ ਕੁਛ ਮਤਲਬ ਕਿ ਵੀ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਕਿੱਤਾ ਚਲਾਉਣ ਵਾਸਤੇ ਮਿਸ ਇਨਫੋਰਮੇਸ਼ਨ ਜ਼ਿਆਦਾ ਫੈਲਾਉਂਦੇ ਆ, ਤਾਂ ਕਰਕੇ ਕਿਤਾਬ ਪੜ੍ਹਨੀ ਬਹੁਤ ਲਾਜ਼ਮੀ ਹੈ ਕਿਉਂਕਿ ਤੱਥ ਲੌਜਿਕ, ਮਤਲਬ ਜੇ ਕੋਈ ਕਿਤਾਬ ਹੈ ਜਿਵੇਂ ਮੇਰਾ ਪਿੰਡ ਕਿਤਾਬ ਹੈ ਗਿਆਨੀ ਗੁਰਦਿੱਤ ਸਿੰਘ ਦੀ ਜੀ ਬਾਈ, ਇਹ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਕਿਤਾਬ ਹੈ। ਠੀਕ ਹੈ ਜੀ, ਹੈ ਨਾ। ਗਿਆਨੀ ਗੁਰਦਿੱਤ ਸਿੰਘ ਨੇ ਇਹਦੇ ਵਿੱਚ ਪੰਜਾਬ ਦੇ ਉਹ ਸ਼ਬਦ, ਉਹ ਵਿਰਾਸਤਾਂ, ਉਹ ਰੀਤੀ ਰਿਵਾਜ ਜਿਹੜੇ ਪੰਜਾਬ ਦੇ ਵਿੱਚ ਅਲੋਪ ਹੋ ਗਏ ਅੱਜ ਦੀ ਘੜੀ, ਸਾਰੇ ਸਮਾਏ ਉਹ ਇਹਦੇ ਵਿੱਚ ਗ੍ਰੰਥ ਹੈ ਇੱਕ ਹਿਸਾਬ ਦਾ, ਇਹਦੇ ਵਿੱਚ ਉਹ ਸਾਰੇ ਸ਼ਬਦ ਹੋਣਗੇ ਪੰਜਾਬ ਦੇ ਜਿਹੜੇ ਅਲੋਪ ਹੋ ਗਏ। ਇਹ ਕਿਤਾਬ ਹਰ ਇੱਕ ਬੰਦੇ ਨੂੰ ਗਿਆਨੀ ਗੁਰਦਿੱਤ ਸਿੰਘ ਦੀ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਪੂਰੇ ਦਾ ਪੂਰਾ ਪੰਜਾਬ ਸਮੋਇਆ ਹੋਇਆ। ਜਿਵੇਂ ਇੱਕ ਕਿਤਾਬ ਹੈਗੀ ਮੇਰਾ ਦਾਗਿਸਤਾਨ, ਹਾਂਜੀ ਬਈ ਮੈਂ ਸੁਣਿਆ, ਉਹ ਮਤਲਬ ਕਿ ਕਿਤਾਬ ਦੀ ਬਹੁਤ ਚਰਚਾ ਹੈਗੀ, ਮੈਂ ਤੁਹਾਨੂੰ ਦਿਖਾਉਂਦਾ। ਰਾਣਾ ਰਣਵੀਰ ਨੇ ਵੀ ਆਪਣੀ ਇੰਟਰਵਿਊ 'ਚ ਕਿਹਾ ਸੀ ਕਹਿੰਦਾ, ਹਾਂ ਇਹ ਮਤਲਬ ਇਹ ਕਿਤਾਬ ਦੀ ਕਾਵ ਦੀ ਵੈਲਿਊ ਹੈ, ਪਰ ਇਹ ਆਪਦੇ ਖਿੱਤੇ ਕਰਕੇ ਵੈਲਿਊ ਹੈ ਕਿਉਂਕਿ ਦਾਗਿਸਤਾਨ ਰਸ਼ੀਆ ਦੇ ਵਿੱਚ ਇੱਕ ਏਰੀਆ ਗਾ, ਹੈ ਨਾ, ਇਲਾਕਾ ਗਾ, ਜਿਵੇਂ ਆਪਣਾ ਮਤਲਬ ਕਿ ਮਾਨਸਾ ਇਲਾਕਾ ਹੈ ਨਾ, ਜਾਂ ਪੰਜਾਬ ਆ ਗਿਆ। ਉਸੇ ਤਰ੍ਹਾਂ ਉਹ ਕਿਤਾਬ ਹੈ ਜਿਹੜੀ ਇਹ ਲੈ, ਇਹ ਉਹ ਪੱਧਰ ਦੀ ਕਿਤਾਬ ਹੈ, ਇਹਦੇ ਵਿੱਚ ਉਹ ਖਿੱਤੇ ਦੀਆਂ ਜਿਹੜੀਆਂ ਚੀਜ਼ਾਂ ਜਿਵੇਂ ਬੋਲੀ, ਹੈ ਨਾ, ਵੀ ਮਤਲਬ ਬੋਲੀ ਦੀ ਕੀ ਇੰਪੋਰਟੈਂਸ ਹੈ, ਹੈ ਨਾ, ਵੀ ਇੱਕ ਉਹਦੀ ਮਾਂ ਉਹਦੇ ਕੋਲ, ਮਾਂ ਦੇ ਕੋਲ ਆਉਂਦਾ ਕਿ ਤੇਰਾ ਪੁੱਤ ਉੱਥੇ ਮਤਲਬ ਕਿ ਬਣ ਗਿਆ ਜੀ ਵੱਡਾ ਚੌਧਰੀ ਬਣ ਗਿਆ, ਹੈ ਨਾ, ਪਰ ਉਹ ਕਹਿੰਦੀ ਉਹ ਕੀ ਬੋਲਦਾ, ਉਹ ਕਹਿੰਦਾ ਵੀ ਉਹ ਇੰਗਲਿਸ਼ ਬੋਲਦਾ, ਹੈ ਨਾ। ਉਹ ਕਹਿੰਦੀ ਫਿਰ ਮੇਰੇ ਪੁੱਤ ਦੀ ਫੋਟੋ ਦੇ ਉੱਤੇ ਕਹਿੰਦੀ ਹਾਰ ਪਾ ਦੇ, ਉਹ ਮਰ ਗਿਆ ਜਿਹੜਾ ਅੱਜ ਦੇ ਜੇ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਗਿਆ, ਹੈ ਨਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਕਿਤਾਬਾਂ ਤੁਹਾਡੇ ਰੋਂਗਟੇ ਵੀ ਖੜੇ ਕਰਦੀਆਂ ਤੇ ਤੁਹਾਨੂੰ ਸਿਖਾਉਂਦੀਆਂ ਨੇ ਵੀ ਆਪਣੇ ਖਿੱਤੇ ਨਾਲ ਕਿਵੇਂ ਜੁੜ ਕੇ ਰਹਿਣਾ। ਹਾਂ ਇਹ ਜੀ, ਇਹ ਜ਼ਰੂਰੀ ਆ ਬਈ ਪੜ੍ਹਨਾ ਨਾ। ਇਹਦੇ ਨਾਲ ਇੱਕ ਸਭ ਤੋਂ ਗੱਲ ਇਹ ਆ ਵੀ ਤੁਹਾਡੇ 'ਚ ਸਹਿਣਸ਼ੀਲਤਾ ਬਹੁਤ ਆਉਂਦੀ ਹੈ ਜੀ। ਤੁਸੀਂ ਲੰਮਾ ਸਮਾਂ ਬੈਠੇ ਰਹਿੰਦੇ ਹੋ, ਪੜ੍ਹਦੇ ਹੋ, ਹੈ ਨਾ, ਮਤਲਬ ਕਿ ਓਨਾ ਹੀ ਤੁਹਾਡੇ ਵਿੱਚ ਮਤਲਬ ਕਿ ਤੁਹਾਨੂੰ ਚੰਗੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ, ਤੁਹਾਡੇ 'ਚ ਠਹਿਰਾ ਆਊਗਾ, ਤੁਹਾਨੂੰ ਗੁੱਸਾ ਨਹੀਂ ਆਊਗਾ, ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੀ ਗੁਜ਼ਰ ਰਹੇ ਹੁੰਦੇ ਹੋਗੇ, ਤੁਸੀਂ ਪੜ੍ਹ ਰਹੇ ਹੁੰਦੇ ਹੋ ਨਾ, ਤੁਸੀਂ ਉਹਨਾਂ ਲੋਕਾਂ ਦੇ ਐਕਸਪੀਰੀਅੰਸ ਆਪਦੇ ਨਾਲ ਨਾਲ ਲੈ ਕੇ ਚੱਲ ਰਹੇ ਹੁੰਦੇ ਹੋ। ਜੇ ਕੋਈ ਤੁਸੀਂ 200 ਸਾਲ ਪੁਰਾਣੀ ਕਿਤਾਬ ਪੜ੍ਹ ਰਹੇ ਹੋ, ਹੈ ਨਾ, ਉਹ ਕਿਤਾਬ ਦੀ ਇੱਕ ਹੋਰ ਖਾਸੀਅਤ ਹੈ ਵੀ ਕਿਤਾਬ ਕਦੇ ਵੀ ਗਾਣਾ ਨਹੀਂ ਹੁੰਦੀ, ਬਿਲਕੁਲ, ਕਿਤਾਬ ਯੁੱਗ ਹੁੰਦੀ ਹੈ ਜੀ। ਜਿਵੇਂ ਇਹ ਕਿਤਾਬ ਹੈ
ਇਹ ਮਤਲਬ ਹੋਊਗੀ 150-200 ਸਾਲ ਪੁਰਾਣੀ, ਪਰ ਅੱਜ ਵੀ ਸਾਡੇ ਕੋਲ ਹੈਗੀ ਹੈ 150-200 ਸਾਲ ਪੁਰਾਣਾ, ਤੁਸੀਂ ਗਾਣਾ ਪਾ ਲਓ। ਬਿਲਕੁਲ ਸਹੀ ਗੱਲ, ਨਹੀਂ ਹੈਗਾ ਨਾ ਸਾਡੇ ਕੋਲ। ਹੁਣ ਨਾਨਕ ਸਿੰਘ ਨੂੰ ਮਰੇ ਨੂੰ ਕਿੰਨੇ ਚਿਰ ਹੋ ਗਿਆ, ਨਾਨਕ ਸਿੰਘ ਦੇ ਸਾਰੇ ਨਾਵਲ ਸਾਡੇ ਕੋਲ ਅੱਜ ਹੈਗੇ ਨੇ, ਹੈ ਨਾ। ਨਾਨਕ ਸਿੰਘ ਇੱਧਰ ਲੱਗਿਆ ਪਵਿੱਤਰ ਪਾਪੀ ਨਾਵਲ ਆ ਪਿਆ, ਹੈ ਨਾ, ਠੀਕ ਹੈ। ਅਤੇ ਅਣਖੀ ਦੇ ਸਾਰੇ ਨਾਵਲ ਸਾਡੇ ਕੋਲ ਹੈਗੇ ਨੇ। ਸ਼ਿਵ ਨੂੰ ਮਰੇ ਨੂੰ ਅੱਜ 38 ਸਾਲ ਹੋ ਗਏ, ਠੀਕ ਹੈ ਜੀ। ਅਤੇ ਅੱਜ ਵੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਜਿਹੜਾ ਰਾਈਟਰ ਆ ਪੰਜਾਬ ਦੇ ਵਿੱਚ, ਉਹ ਸ਼ਿਵ ਕੁਮਾਰ ਬਟਾਲਵੀ ਹੈ, ਹੈ ਨਾ। ਅੱਜ ਵੀ ਗਾਣਿਆਂ ਦੇ ਵਿੱਚ, ਬੋਲੀਵੁੱਡ ਦੇ ਗਾਣਿਆਂ ਦੇ ਵਿੱਚ, ਪੰਜਾਬੀ ਗਾਣਿਆਂ ਦੇ ਵਿੱਚ ਇਹ ਚਰਚਾ ਕਿ ਸ਼ਿਵ ਦਾ ਕੋਈ ਤੋੜ ਨਹੀਂ, ਅਤੇ ਹੈ ਵੀ ਨਹੀਂ ਸ਼ਿਵ ਦਾ ਕੋਈ ਤੋੜ। ਕਿਆ ਬਾਤ ਹੈ, ਇਹ ਗੱਲ ਵੀ ਹੈ ਜੀ ਜੀ। ਅਤੇ ਬਈ ਹੋਰ ਜੇ ਗੱਲ ਕਰੀਏ, ਇੱਕ ਤਾਂ ਜੇ ਆਪਾਂ ਕਹਿ ਦਈਏ ਵੀ ਸਿੱਖ ਇਤਿਹਾਸ, ਪੰਜਾਬ ਦਾ ਇਤਿਹਾਸ ਜ਼ਿਆਦਾ ਪੜ੍ਹਿਆ ਜਾ ਰਿਹਾ, ਹੋਰ ਬਈ ਕਿਹੜੀਆਂ ਕਿਹੜੀਆਂ ਆਪਣੇ ਕੋਲ ਕਿਤਾਬਾਂ ਨੇ ਅਤੇ ਜਿਹੜੀਆਂ ਜ਼ਿਆਦਾ ਲੋਕ ਇੰਟਰਸਟ? ਹੁਣ ਬਈ ਪਾਕਿਸਤਾਨੀ ਲਿਟਰੇਚਰ ਬਹੁਤ ਪੜ੍ਹਿਆ ਜਾ ਰਿਹਾ ਬਈ, ਠੀਕ ਹੈ। ਪਾਕਿਸਤਾਨੀ ਗਜ਼ਲ ਆ ਗਈ, ਛੋਟੀ ਬਹਿਰ ਦੀ ਗਜ਼ਲ ਆ ਗਈ, ਹੈ ਨਾ। ਉਹਦੇ ਵਿੱਚ ਇਹ 3-4 ਕਿਤਾਬਾਂ ਨੇਗੀਆਂ, ਜਿਵੇਂ ਇਹ ਬੰਦਾ ਮਰ ਵੀ ਸਕਦਾ ਹੈ, ਨਾ, ਕੁਝ ਬੰਦਿਆਂ ਦੇ ਨਾਂ ਸੋਹਣੇ ਲੱਗਦੇ ਨੇ, ਹੈ ਨਾ, ਅਤੇ ਦਿਲ ਤੋਂ ਲੈ ਗਿਆ, ਇਹ ਸਾਰੀਆਂ ਕਿਤਾਬਾਂ, ਇਹ ਪਾਕਿਸਤਾਨੀ ਕਵਿਤਾ ਦੀਆਂ ਕਿਤਾਬਾਂ ਨੇਗੀਆਂ, ਇਹ ਬਹੁਤ ਮਕਬੂਲ ਨੇ। ਇਹ ਸਾਡੇ ਸਮਿਆਂ ਦੇ ਵਿੱਚ ਸਭ ਤੋਂ ਵੱਧ ਮਕਬੂਲ ਹੋਣ ਵਾਲੀ ਕਿਤਾਬ ਹੈ, ਠੀਕ ਹੈ ਬਾਈ ਜੀ। ਰਾਣੀ ਤੱਤ, ਇਹ ਮਾਨਸਾ ਦੇ ਮੁੰਡੇ ਦੀ ਹੈ, ਇਹ ਆਪਣੇ ਹਰਮਨਜੀਤ ਦੀ, ਹਰਮਨ ਦੀ ਹੈ। ਅਤੇ ਇਹ ਮੈਂ ਕਹਿੰਦਾ ਉਹਨਾਂ ਕਦੇ ਕਦੇ ਕਹਿੰਦਾ ਵੀ ਸਾਡੀ ਮਾਨਸਾਣਿਆਂ ਦੀ ਮਸਾਂ ਵਾਰੀ ਆਈ ਹੈ, ਅਤੇ ਹੁਣ ਅਸੀਂ ਕਿਸੇ ਨੂੰ ਦੇਣੀ ਨਹੀਂ, ਹੈ ਨਾ। ਅਤੇ ਹੁਣ ਹਰਮਨ ਹੋ ਗਿਆ, ਸਿੱਧੂ ਹੋ ਗਿਆ, ਇਹ ਬਾਈ ਸਾਡੇ ਬਲੌਗਰ ਹੈ, ਬਾਈ ਸੁਖਜਿੰਦਰ, ਹਾਂ ਸੁਖਜਿੰਦਰ, ਲੋਪੋ ਦੀ ਬਾਈ ਦੀ ਫੋਟੋ, ਹਾਂ। ਅਤੇ ਇਹ ਹੁਣ ਪਿੱਛੇ ਜੀ ਲਾਂਚ ਹੋਈ ਹੈ ਨਾ ਬਾਈ, ਇਹਨੂੰ ਬਾਈ 2 ਹਫ਼ਤੇ ਹੋਏ ਆ ਬਾਈ ਜੀ, ਸੁਖਜਿੰਦਰ ਦੀ ਇਹ ਕਿਤਾਬ ਆਈ ਹੈ, ਘੋੜਿਆਂ ਦੇ ਉੱਪਰ ਇਹ ਗ੍ਰੰਥ ਆ ਪ੍ਰੋਪਰ, ਠੀਕ ਹੈ ਜੀ। ਮਤਲਬ ਜੇ ਘੋੜਿਆਂ ਬਾਰੇ ਜਾਣਕਾਰੀ ਲੈਣੀ ਆ, ਜਿਹੜੀ ਵੀ ਬਿਮਾਰੀ ਆ ਘੋੜਿਆਂ ਨੂੰ, ਜੇ ਘੋੜੇ ਨੂੰ ਬੰਨ ਪੈ ਗਏ ਉਹਦੇ ਵਿੱਚ ਇਹਦਾ ਇਲਾਜ ਦੱਸਿਆ ਗਿਆ, ਠੀਕ ਹੈ। ਘੋੜੇ ਨੂੰ ਮਤਲਬ ਕਿ ਉਹਦੀ ਚਾਲ ਕਿਵੇਂ ਕੱਢਣੀ ਹੈ, ਹੈ ਨਾ, ਉਹਨੂੰ ਜੇ ਬੰਨ ਪੈ ਗਿਆ ਉਹਨੂੰ ਕੀ ਖਵਾਉਣਾ, ਕਿਵੇਂ ਰੱਖਣਾ, ਕਿੰਨੀ ਮਾਲਿਸ਼ ਕਰਨੀ, ਕਿੰਨੇ ਟੈਂਪਰੇਚਰ 'ਤੇ ਰੱਖਣਾ, ਇਹ ਪੂਰਾ ਉਹਦੇ ਉੱਪਰ ਮਤਲਬ ਬੇਸਡ ਕਿਤਾਬ ਹੈ। ਇਹ ਜਗਵਿੰਦਰ ਜੋਧੇ ਬਾਈ ਨੇ ਲਿਖੀ ਹੈਗੀ, ਠੀਕ ਹੈ ਜੀ। ਉਹ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇਗੇ, ਪੰਜਾਬੀ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਕੀ ਬਾਤ ਹੈ ਜੀ, ਇੱਕ ਇਹ ਕਿਤਾਬ ਬਾਈ, ਹਾਂਜੀ ਬਾਈ, ਇਹ ਮਹਾਨ ਕੋਸ਼, ਭਾਈ ਕਾਨ ਸਿੰਘ ਨਾਭਾ ਦਾ ਜੀ, ਹੈ ਨਾ। ਇਹ ਬਹੁਤ ਸਾਲਾਂ ਦੀ, ਘੱਟੋ ਘੱਟ 20-25 ਸਾਲਾਂ ਦੀ ਤਪੱਸਿਆ ਤੋਂ ਬਾਅਦ ਇਹ ਕਿਤਾਬ ਲਿਖੀ ਗਈ ਹੈ ਜੀ। ਅਤੇ ਇਹਦੇ 'ਤੇ ਮਤਲਬ ਭਾਸ਼ਾ ਵਿਭਾਗ ਇਹਨੂੰ ਛਾਪਦਾ ਹੈਗਾ, ਇਹ ਹੈਗੀ ਹੈ ਪੰਜਾਬੀ ਦੀ ਡਿਕਸ਼ਨਰੀ, ਠੀਕ ਹੈ। ਜਿੰਨੇ ਪੰਜਾਬੀ ਦੇ ਵਿੱਚ ਸ਼ਬਦ ਨੇ ਉਹਦੇ ਵਿੱਚ ਸਾਰੇ ਸ਼ਬਦ ਇਹਦੇ ਵਿੱਚ ਉਹਨਾਂ ਨੇ ਲਿਖੇ ਨੇਗੇ। ਕੋਈ ਵੀ ਸ਼ਬਦ ਸਾਨੂੰ ਨਹੀਂ ਪਤਾ ਲੱਗਦਾ, ਬਸ ਇਹਦੇ ਵਿੱਚ ਸਰਚ ਕਰੋ, ਸਰਚ ਕਰੋ, ਇਹਦੇ ਵਿੱਚ ਸਾਨੂੰ ਮਿਲ ਜੂਗਾ ਜੀ, ਠੀਕ ਹੈ, ਠੀਕ ਹੈ ਬਾਈ ਜੀ, ਹਾਂਜੀ ਬਾਈ। ਅਤੇ ਬਈ ਜੇ ਗੱਲ ਕਰੀਏ ਆਪਣਾ ਕੋਈ ਇੰਸਟਾਗ੍ਰਾਮ, ਫੇਸਬੁੱਕ 'ਤੇ ਵੀ ਪੇਜ ਬਣਾਇਆ ਹੋਇਆ, ਜੇ ਕਈ ਵਾਰ ਹੁੰਦਾ ਨਾ ਆਪਾਂ ਸਾਰੀ ਜਾਣਕਾਰੀ ਇੱਕ ਵੀਡੀਓ 'ਚ ਨਹੀਂ ਦੇ ਸਕਦੇ ਹੁੰਦੇ ਕਈ ਵਾਰ, ਅਤੇ ਸੋਸ਼ਲ ਮੀਡੀਆ 'ਤੇ ਵੀ ਬਾਈ ਐਕਟਿਵ ਹੋ ਤੁਸੀਂ? ਹਾਂ, ਸੋਸ਼ਲ ਮੀਡੀਆ 'ਤੇ ਬਈ ਸਾਡਾ ਕਿਤਾਬ ਹੱਟ ਦੇ ਨਾਂ 'ਤੇ ਪੇਜ ਹੈਗਾ ਜੀ, ਅਤੇ ਵੈਬਸਾਈਟ ਹੈ ਕਿਤਾਬ ਹੱਟ .in ਦੇ ਨਾਂ 'ਤੇ ਜੀ, ਠੀਕ ਹੈ ਬਾਈ ਜੀ। ਹਾਂ ਜੀ, ਕਿਸੇ ਨੇ ਵੀ ਕਿਤਾਬ ਮੰਗਵਾਉਣੀ ਹੈ, ਹੈ ਨਾ, ਅਤੇ ਵਟਸਐਪ ਨੰਬਰ ਮੈਂ ਤੁਹਾਨੂੰ ਦੇ ਦੂੰਗਾ, ਹੈ ਨਾ, ਤੁਸੀਂ ਸ਼ੇਅਰ ਕਰੋ, ਸ਼ੇਅਰ ਕਰਾਂਗੇ ਬਾਈ ਜੀ, ਬਾਹਰ ਅੰਦਰ ਕਿਤੇ ਹਰ ਇੱਕ ਥਾਂ 'ਤੇ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ। ਅਤੇ ਬਈ ਚਾਹੇ ਇੱਕ ਕਿਤਾਬ ਮੰਗਾ ਲਓ, ਹਾਂ ਬੇਸ਼ੱਕ ਇੱਕ ਕਿਤਾਬ ਮੰਗਾ, ਆਰਡਰ ਜਿੱਡਾ ਮਰਜ਼ੀ ਹੋਵੇ ਵੱਲੋਂ ਭੇਜਾਂਗੇ, ਨੋ ਪ੍ਰੋਬਲਮ। ਅਤੇ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਹੈ ਬਾਈ, ਵੀ ਅਸੀਂ ਇਕੱਲੇ ਕਿਤਾਬ ਦੇ ਚਾਰਜਿਸ ਲੈਂਦੇ ਹਾਂ, ਸ਼ਿਪਿੰਗ ਚਾਰਜਿਸ ਨਹੀਂ ਲੈਂਦੇ, ਠੀਕ ਹੈ ਜੀ। ਆਊਟ ਆਫ ਮਤਲਬ ਪੰਜਾਬ ਜਾਂ ਆਊਟ ਆਫ ਇੰਡੀਆ ਕਹਿ ਦਈਏ ਤਾਂ ਉੱਥੇ ਚਾਰਜਿਸ ਪੈਂਦੇ ਨੇ, ਹਾਂਜੀ ਹਾਂਜੀ ਬਾਈ, ਠੀਕ ਹੈ ਬਾਈ ਜੀ। ਅਤੇ ਹੋਰ ਬਾਈ ਜੇ ਗੱਲ ਕਰੀਏ, ਜਿਹੜੀ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਜਿਹੜੇ ਪੁਰਾਣੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਜੋਬ ਵੀ ਕਰਦੇ ਸੀ ਜਾਂ ਖੇਤੀ ਕਰਦੇ ਸੀ, ਜੇ ਉਹਨਾਂ ਕੋਲ ਕਿਤਾਬ ਪਈ ਆ ਤਾਂ ਮੈਨੂੰ ਪਤਾ ਲੱਗ ਜਾਂਦਾ, ਕਿਤਾਬ ਨਾਲ ਆਪ ਦੱਸ ਦਿੰਦੀ ਹੈ ਵੀ ਮੇਰੇ ਕਿੰਨੇ ਪੰਨੇ ਬੰਦੇ ਨੇ ਪੜ੍ਹੇ ਹੋਏ ਆ, ਕਿਉਂਕਿ ਇੱਥੋਂ ਤੱਕ ਲਿਬੜੇ ਪਏ ਹੁੰਦੇ ਨੇ ਵੀ ਬੰਦਾ ਚਲੋ ਗਿੱਲੇ ਹੱਥ ਲਾਉਂਦਾ ਜਾਂ ਜਦੋਂ ਆਪਾਂ ਚੀਜ਼ ਨੂੰ ਵਰਤਾਂਗੇ ਉਹ ਤਾਂ ਪਤਾ ਲੱਗ ਜਾਂਦਾ, ਪਰ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਨੌਜਵਾਨਾਂ ਵਾਸਤੇ ਸੁਨੇਹਾ ਤਾਂ ਬਸ ਕੀ ਦੇ ਸਕਦੇ ਹਾਂ, ਵੈਸੇ ਇੱਕ ਗੱਲ ਹੈ ਵੀ ਜਿਵੇਂ ਅੱਜ ਦਾ ਯੁੱਗ ਹੈ ਨਾ ਜੀ,
ਹਰ ਕੋਈ ਸੈਲੀਬ੍ਰਿਟੀ ਬਣਨਾ ਚਾਹੁੰਦਾ, ਹਰ ਕੋਈ ਚਾਹੁੰਦਾ ਕਿ ਮੈਂ ਕੈਮਰੇ ਦੇ ਸਾਹਮਣੇ ਆਵਾਂ ਤਾਂ ਮੈਂ ਪਾਪੂਲਰ ਹੋ ਜਾਣਾ। ਤੁਸੀਂ ਮਿਊਜ਼ਿਕ ਪਿੱਛੇ ਲਾਉਣ ਦੀ ਬਜਾਏ ਆਪ ਜੇ ਗੱਲ ਕਰਨਾ ਸਿੱਖਣਾ ਚਾਹੁੰਦੇ ਹੋ ਕਿ ਮੈਂ ਕੈਮਰੇ ਦੇ ਸਾਹਮਣੇ ਕਿਵੇਂ ਗੱਲ ਕਰਾਂ ਜੀ, ਕਿ ਮੇਰੇ ਸ਼ਬਦ ਨਾ ਉੱਕਣ, ਹੈ ਨਾ। ਹੁਣ ਮੈਂ ਬੋਲ ਰਿਹਾ, ਜਿੰਨੀ ਚਿਰ ਦਾ ਮੈਂ ਬੋਲ ਰਿਹਾ ਮੈਂ ਉੱਕਿਆ ਨਹੀਂ ਮਿਲਦਾ ਇੱਕ ਵਾਰੀ, ਬਿਲਕੁਲ ਜੀ। ਉਹਦੇ ਪਿੱਛੇ ਬਈ ਕਿਤਾਬ ਦਾ ਹੀ ਜਾਦੂ ਹੈ, ਹੈ ਨਾ। ਜੇ ਤੁਸੀਂ ਮੈਨੂੰ ਕਹੋਗੇ 2 ਘੰਟੇ ਹੋਰ ਬੋਲੀ ਜਾ, ਮੈਂ ਬੋਲੀ ਜਾਊਂਗਾ, ਕਿਉਂਕਿ ਅੱਖਰ ਤੁਹਾਨੂੰ ਮਤਲਬ ਕਿ ਆਪਦੇ ਆਪ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ। ਬਿਲਕੁਲ, ਆਪ ਵੀ ਇੱਕ ਆਈਡੀਆ ਬਣਾ ਕੇ ਆਪ ਗੱਲ ਕਰ ਸਕਦੇ ਹੋ, ਹੈ ਨਾ। ਤਾਂ ਕਰਕੇ ਕਿਤਾਬ ਪੜ੍ਹੋ, ਕਿਤਾਬ ਦੇ ਨਾਲ ਜੁੜੋ। ਕਿਤਾਬ ਘਰੇ ਪਈ ਕਿਤਾਬ ਬਈ ਬਰਕਤ ਕਰਦੀ ਹੈ। ਤੁਹਾਡੇ ਘਰੇ ਕਿਤਾਬਾਂ ਪਈਆਂ ਨੇ ਨਾ, ਤੁਹਾਡੇ ਬੱਚਿਆਂ ਨੂੰ ਪਤਾ ਲੱਗਦਾ ਉਹ ਕਿਤਾਬਾਂ ਪਈਆਂ ਨਹੀਂ ਹੈ, ਕਿਤਾਬ ਦੇ ਵਿੱਚ ਇੰਨਾ ਜਾਦੂ ਹੈ। ਜੇ ਤੁਹਾਡੇ ਘਰੇ ਸ਼ਰਾਬ ਦੀ ਬੋਤਲ ਸਾਹਮਣੇ ਪਈ ਹੈ, ਹੈ ਨਾ, ਅਤੇ ਉਹ ਓਬਵੀਅਸ ਜੀ ਗੱਲ ਆ ਗਈ, ਉਹਨੇ ਉਵੇਂ ਦੀ ਕਰ ਰਿਹਾ, ਉਹਨੇ ਐਕਟੀਵਿਟੀ ਉਹੀ ਫੈਲਾਉਣੀ ਹੈ ਘਰ 'ਚ। ਇੱਕ ਨਾ ਜਿਹੜਾ ਮਤਲਬ ਕਹਿੰਦੇ ਸਿੱਖ ਰਾਜਾ ਸੀਗਾ, ਉਹਨੂੰ ਨਾ ਬੁਲਾ ਲਿਆ, ਉਹਨੇ ਆਪਦੇ ਦੋਸਤ ਨੂੰ ਘਰੇ ਬੁਲਾਇਆ, ਕਹਿੰਦਾ ਮੇਰੇ ਪੁੱਤ ਨੇ ਨਾ ਵਾਲ ਕਟਾਤੇ ਯਾਰ। ਉਹ ਕਹਿੰਦਾ ਵੀ ਤੂੰ ਘਰ ਦਿਖਾ ਆਪਦਾ। ਉਹਨੇ ਘਰ ਦਿਖਾਇਆ, ਸਾਰੀਆਂ ਫੋਟੋਆਂ ਅੰਗਰੇਜ਼ਾਂ ਦੀਆਂ ਉਹਦੇ ਨਾਲ, ਉਹਨਾਂ ਦੇ ਵਾਲ ਕੱਟੇ ਹੋਏ ਸੀਗੇ। ਉਹ ਕਹਿੰਦਾ ਤੇਰਾ ਨਹੀਂ, ਉਹਦਾ ਨਹੀਂ ਕਸੂਰ, ਤੇਰਾ ਕਸੂਰ ਹੈ। ਤੇਰੇ ਘਰੇ ਫੋਟੋਆਂ ਹੀ ਉਵੇਂ ਦੀਆਂ ਲੱਗੀਆਂ ਹੋਈਆਂ ਨੇਗੀਆਂ, ਸਾਰੇ ਮਤਲਬ ਵਾਲ ਕੱਟੇ ਵਾਲਿਆਂ ਦੀਆਂ ਫੋਟੋਆਂ ਲੱਗੀਆਂ। ਉਹਨੇ ਵੀ ਓਬਵੀਅਸ ਜੀ ਗੱਲ, ਉਹਨੂੰ ਖਿੱਚ ਪੈਂਦੀ ਸੀ, ਉਹਨੇ ਕਟਾਉਣੀ ਹੈ। ਜੇ ਤੁਸੀਂ ਸਾਡੇ ਘਰੇ ਕਿਤਾਬਾਂ ਪਈਆਂ, ਹੈ ਨਾ, ਤਾਂ ਓਬਵੀਅਸ ਤੁਹਾਨੂੰ ਕਿਤਾਬਾਂ ਖਿੱਚਣਗੀਆਂ ਅਤੇ ਆਪਦੇ ਵੱਲ ਪ੍ਰੇਰਿਤ ਕਰਨੀਆਂ, ਫਿਰ ਹੀ ਜ਼ਿੰਦਗੀ ਸਾਫ਼ ਰਹੂ। ਕਿਤਾਬਾਂ ਦੇ ਵਿੱਚ ਵੱਡੇ ਰਹੱਸ ਪਏ ਨੇ ਜ਼ਿੰਦਗੀ ਦੇ ਬਈ ਜੀ। ਪਤਾ ਨਹੀਂ ਕਿੰਨੀ ਕੁ ਦੁਨੀਆ ਦੇ ਕਹਿ ਦਈਏ ਨਾ ਐਕਸਪੀਰੀਅੰਸ ਇਹਦੇ ਵਿੱਚ ਜਿਹੜੇ ਸ਼ੇਅਰ ਹੋਏ ਨੇ, ਕੋਈ ਵੱਡਾ ਹੋਇਆ ਚਾਹੇ ਕੋਈ ਛੋਟਾ ਹੋਇਆ, ਪਰ ਜਿਹਨੇ ਬੁੱਕ ਲਿਖੀ ਹੈ ਤੇ ਮਤਲਬ ਉਹਦਾ ਐਕਸਪੀਰੀਅੰਸ ਆਪਾਂ ਇਹਤੋਂ ਜਾਣ ਸਕਦੇ ਹਾਂ ਵੀ ਦੁਨੀਆ ਦੇ ਕਿੱਥੇ ਕੀ ਹੋ ਸਕਦਾ, ਹੈ ਨਾ। ਬਾਈ ਮਨਜਿੰਦਰ ਬਹੁਤ ਬਹੁਤ ਧੰਨਵਾਦ, ਧੰਨਵਾਦ, ਤੇ ਇੱਕ ਬਹੁਤ ਚੰਗਾ ਤੇ ਨੇਕ ਕੰਮ ਕਰ ਰਹੇ ਹੋ, ਕਿਉਂਕਿ ਮੋਬਾਈਲ ਹੱਟ ਤਾਂ ਵਾਧੂ ਦੇਖਣ ਨੂੰ ਮਿਲਦੇ ਨੇ, ਪਰ ਕਿਤਾਬ ਹੱਟ ਪਹਿਲੀ ਵਾਰ ਦੇਖਿਆ ਹੈਗਾ। ਤੇ ਜਿਹੜੇ ਵੀ ਮੇਰੇ ਮਿੱਤਰ ਕੋਈ ਵੀ ਪੰਜਾਬੀ ਤੋਂ ਲੈ ਕੇ ਇੰਗਲਿਸ਼ ਤੱਕ ਕੋਈ ਵੀ ਬੁੱਕ ਲੈਣੀ ਚਾਹੁੰਦੇ ਆ, ਬਾਈ ਦਾ ਇੰਸਟਾਗ੍ਰਾਮ ਵੀ ਨੋਟ ਕਰ ਲਿਓ, ਅਤੇ ਬਾਈ ਦਾ ਵਟਸਐਪ ਨੰਬਰ ਆਪਾਂ ਸਕਰੀਨ 'ਤੇ ਲਾਇਆ ਹੋਇਆ, ਇਹ 'ਤੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਬਾਈ ਨਾਲ। ਤੁਸੀਂ ਚਾਹੇ ਇੱਕ ਕਿਤਾਬ ਲੈਣੀ, ਚਾਹੇ 100 ਲੈਣੀ ਆ, ਅਤੇ ਜੋ ਵੀ ਬਾਈ ਇੱਕ ਚੀਜ਼ ਰਹਿ ਗਈ ਸੀ, ਜਿਹੜੀ ਮਰਜ਼ੀ ਕਿਤਾਬ ਲੈਣੀ ਅਵੇਲੇਬਲ ਕਰਾ ਦੋਗੇ? ਹਾਂਜੀ, ਜਿਹੜੀ ਮਤਲਬ ਮਾਰਕੀਟ 'ਚ ਮਿਲਦੀ, ਮਾਰਕੀਟ 'ਚ? ਹਾਂਜੀ ਹਾਂਜੀ, ਪੁਰਾਣੀਆਂ ਵੀ ਕਰਾ ਦਿੰਦੇ ਹਾਂ ਵੀ, ਲੱਭ ਲਿਆਉਣੀਆਂ, ਹੁਣ ਤਾਂ ਤਜਰਬਾ ਹੋ ਗਿਆ ਸਾਰੀਆਂ ਕਿਤਾਬਾਂ, ਠੀਕ ਹੈ ਜੀ, ਉਹਨਾਂ ਐਕਸਪੀਰੀਅੰਸ ਹੋ ਗਿਆ ਵੀ। ਅਤੇ ਮਿੱਤਰੋ, ਕੋਈ ਵੀ ਕਿਤਾਬ ਜਿਹੜੀ ਤੁਸੀਂ ਬਾਈ ਨੂੰ ਫੋਟੋ ਭੇਜ ਦਿਓ ਵੀ ਸਾਨੂੰ ਆਹ ਕਿਤਾਬ ਚਾਹੀਦੀ ਹੈਗੀ, ਅਤੇ ਬਾਈ ਹੋਰੀ ਉਹ ਸਾਨੂੰ ਲੱਭ ਕੇ ਤੁਹਾਡੇ ਘਰ ਤੱਕ ਪਹੁੰਚਦੀ ਕਰ ਦੇਣਗੇ। ਅਤੇ ਬਾਈ ਦਾ ਨੰਬਰ ਆਪਾਂ ਵਟਸਐਪ ਦਿੱਤਾ ਹੋਇਆ, ਅਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਧੰਨਵਾਦ ਦੋਸਤੋ, ਜੁੜੇ ਰਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ ਜੀ।